ਪੈਰਾਂ ਵਿੱਚ ਰੁਲ ਰਿਹਾ ਅਨਾਜ, ਕੂੜੇ ਦੇ ਢੇਰ, ਕਾਗਜ਼ ਅਤੇ ਝੰਡਿਆਂ ਨਾਲ ਢਕੀ ਹੋਈ ਜ਼ਮੀਨ ਮੋਦੀ ਸਰਕਾਰ ਵੱਲੋਂ ਚਲਾਈ ਗਈ ਸਵੱਛ ਭਾਰਤ ਦੀ ਮੁਹਿੰਮ ਦੀ ਪੋਲ ਖੋਲ ਰਹੀ ਹੈ। ਇਹਨਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਵੱਛ ਭਾਰਤ ਦਾ ਨਾਰਾ ਸਿਰਫ ਇੱਕ ਅਡੰਬਰ ਹੈ ਅਤੇ ਲੋਕਾਂ ਦੀਆਂ ਵੋਟਾਂ ਇਕੱਠੀਆਂ ਕਰਨ ਦਾ ਇੱਕ ਢੋਂਗ। ਮੋਦੀ ਸਰਕਾਰ ਢੋਲ ਵਜਾ ਵਜਾ ਕੇ ਸਵੱਛ ਭਾਰਤ ਦੀ ਮੁਹਿੰਮ ਦਾ ਪ੍ਰਚਾਰ ਕਰਦੀ ਰਹੀ, ਪਰ ਉਸਦੇ ਨੇਤਾ ਅਤੇ ਵਰਕਰਾਂ ਨੂੰ ਭਾਰਤ ਦੇਸ਼ ਦੀ ਸਫਾਈ ਨਾਲ ਕੋਈ ਮਤਲਬ ਨਹੀਂ। ਇਹ ਤਸਵੀਰਾਂ ਬੁੱਧਵਾਰ ਨੂੰ ਮਲੋਟ ਵਿੱਚ ਹੋਈ ਮੋਦੀ ਦੀ ਕਿਸਾਨ ਰੈਲੀ ਦੀਆਂ ਹਨ, ਜਿੱਥੇ ਰੈਲੀ ਦੌਰਾਨ ਬਹੁਤ ਸਾਰੇ ਅਨਾਜ ਦਾ ਅਨਾਦਰ ਹੋਇਆ, ਉੱਥੇ ਕੂੜਾ ਕਰਕਟ ਭਾਰੀ ਮਾਤਰਾ ਵਿੱਚ ਖਿਲਰਿਆ ਮਿਲਿਆ। ਅਕਾਲੀਆਂ ਦੇ ਝੰਡੇ ਵੀ ਜ਼ਮੀਨ 'ਤੇ ਭਾਰੀ ਮਾਤਰਾ ਵਿੱਚ ਖਿਲਰੇ ਮਿਲੇ। ਇਸ ਰੈਲੀ ਦੌਰਾਨ ਅਕਾਲੀ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਸਿਰਫ ਭੀੜ ਇਕੱਠੀ ਕਰਨ ਦਾ ਮਤਲਬ ਸੀ, ਭਾਰਤ ਦੀ ਸਵੱਛਤਾ ਬਾਰੇ ਕਿਸੇ ਨੂੰ ਕੁਝ ਵੀ ਯਾਦ ਨਹੀਂ। ਰੈਲੀ ਤੋਂ ਬਾਅਦ ਜ਼ਮੀਨ 'ਤੇ ਪਏ ਇਹਨਾਂ ਕੂੜੇ ਦੇ ਢੇਰਾਂ ਤੋਂ ਬਾਅਦ ਇੱਦਾਂ ਲੱਗਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦਾ ਸਵੱਛ ਭਾਰਤ ਦਾ ਨਾਰਾ ਸਿਰਫ ਇੱਕ ਖੋਖਲਾ ਢੋਂਗ ਹੈ, ਜੋ ਕਿ ਸਿਰਫ ਵੋਟਾਂ ਲੈਣ ਦੇ ਕੰਮ ਆਉਂਦਾ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV।